ਇੱਕ ਮੁੰਡਾ ਜਿਹਨੇ 10 ਸਾਲ ਦੀ ਉਮਰ ਦੇ ਵਿੱਚ ਗਾਉਣਾ ਸ਼ੁਰੂ ਕਰਤਾ ਸੀ ਤੇ ਉਹ ਮੁੰਡਾ ਜਿਹੜੇ ਸਿੰਗਰ ਨੂੰ ਸੁਣਦਾ ਹੁੰਦਾ ਸੀ ਉਸ ਸਿੰਗਰ ਨੂੰ ਉਹ ਇੱਕ ਵਾਰੀ ਸਟੂਡੀਓ ਦੇ ਵਿੱਚ ਮਿਲਿਆ ਵੀ ਸੀ। ਫਿਰ ਉਹ ਘੱਟ ਉਮਰ ਦਾ ਮੁੰਡਾ ਇੱਕ ਦਿਨ ਇੰਨੀ ਮਿਹਨਤ ਕਰਦਾ ਕਿ ਉਹਦੇ ਚਰਚੇ ਸਾਰੇ ਸੋਸ਼ਲ ਮੀਡੀਆ ਤੇ ਹੋਣ ਲੱਗ ਜਾਂਦੇ ਨੇ ਤੇ ਜਿਹੜੇ ਸਿੰਗਰ ਨੂੰ ਉਹ ਕਿਸੇ ਸਟੂਡੀਓ ਦੇ ਵਿੱਚ ਛੋਟੀ ਉਮਰ ਦੇ ਵਿੱਚ ਮਿਲਿਆ ਸੀ ਅੱਜ ਉਹੀ ਸਿੰਗਰ ਉਹਨੂੰ ਇੰਸਟਾਗ੍ਰਾਮ ਤੇ ਫੋਲੋ ਵੀ ਕਰਦਾ ਤੇ ਉਹਦੀ ਗੱਲ ਵੀ ਕਰਦਾ। ਮੈਂ ਗੱਲ ਕਰ ਰਿਹਾ ਸਾਹਿਲ ਚੀਮਾ ਦੀ। ਸਾਹਿਲ ਚੀਮਾ, ਕੀ ਹਾਲ ਚਾਲ ਹੈ? ਸਾਹਿਲ ਚੀਮਾ, ਸਾਹਿਲ ਚੀਮਾ, ਸਾਹਿਲ ਚੀਮਾ, ਸਾਹਿਲ ਚੀਮਾ, ਸਾਹਿਲ ਚੀਮਾ, ਸਾਹਿਲ ਚੀਮਾ, ਸਾਹਿਲ ਚੀਮਾ। ਵੈਸੇ ਤਾਂ ਸਾਹਿਲ ਚੀਮਾ ਬਾਈ ਦੇ ਬਾਰੇ ਅੱਜ ਸਾਰੇ ਹੀ ਜਾਣਦੇ ਨੇ। ਜੇਕਰ ਬਾਈ ਦੇ ਨਾਮ ਤੋਂ ਨਹੀਂ ਜਾਣਦੇ ਤਾਂ ਇਹਦੇ ਗਾਣੇ ਜ਼ਰੂਰ ਸੁਣੇ ਹੋਣਗੇ। ਸਾਹਿਲ ਚੀਮਾ ਦੀ ਇਹ ਵਾਲੀ ਫੋਟੋ ਸੋਸ਼ਲ ਮੀਡੀਆ ਤੇ ਤਾਂ ਪਈ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਕਰਨ ਔਜਲਾ ਬਾਈ ਤੇ ਸਾਹਿਲ ਚੀਮਾ ਵਿੱਚ ਕੀ ਕਨੈਕਸ਼ਨ ਹੈ, ਇਹ ਫੋਟੋ ਕਿਉਂ ਖਿਚਵਾਈ ਸੀ। ਆਏ ਦਿਨ ਬਹੁਤ ਸਾਰੇ ਗਾਣੇ ਆਉਂਦੇ ਨੇ ਪਰ ਸਾਹਿਲ ਚੀਮਾ ਬਾਈ ਦੀਆਂ ਹੀ ਗੱਲਾਂ ਕਿਉਂ ਚੱਲ ਰਹੀਆਂ ਨੇ ਜ਼ਿਆਦਾਤਰ? ਇਸ ਦੇ ਨਾਲ ਹੀ ਸਾਹਿਲ ਚੀਮਾ ਨੂੰ ਸਾਰੇ ਇੱਦਾਂ ਕਿਉਂ ਕਹਿ ਰਹੇ ਨੇ ਕਿ ਇਹ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡਾ ਸਿੰਗਰ ਬਣ ਸਕਦਾ? ਮੈਂ ਇਸ ਆਰਟਿਸਟ ਨੂੰ ਸੀਰੀਅਸ ਕਿਉਂ ਲੈ ਰਿਹਾ ਕਿਉਂਕਿ ਜੋ ਚੀਜ਼ਾਂ ਇਸ ਆਰਟਿਸਟ ਨੇ 1 ਸਾਲ ਦੇ ਵਿੱਚ ਕੀਤੀਆਂ ਉਹ ਸੇਮ ਚੀਜ਼ਾਂ ਕੁਝ ਮਹੀਨੇ ਬਾਅਦ ਇੱਕ ਲੈਵਲ ਦੇ ਆਰਟਿਸਟ ਕਰ ਰਹੇ ਤੇ ਇਸ ਦੇ ਨਾਲ ਹੀ ਸਾਹਿਲ ਚੀਮਾ ਦੇ ਆਉਣ ਵਾਲੇ ਬਹੁਤ ਵੱਡੇ ਪ੍ਰੋਜੈਕਟ ਨੇ ਤੇ ਕਾਫੀ ਵੱਡੇ ਸਿੰਗਰਾਂ ਦੇ ਨਾਲ ਕੋਲੈਬੋਰੇਸ਼ਨ ਵੀ ਆ ਰਹੇ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਸੋ ਆਪਾਂ ਜ਼ਿਆਦਾ ਸਮਾਂ ਵੇਸਟ ਨਹੀਂ ਕਰਦੇ, ਆਓ ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ, ਜੇਕਰ ਤੁਸੀਂ ਸਾਹਿਲ ਚੀਮਾ ਬਾਈ ਦੇ ਸਾਰਿਆਂ ਗਾਣਿਆਂ ਦੀ ਲਿਸਟ ਦੇਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਸੇਮ ਟੇਸਟ ਵਾਲੇ ਗਾਣੇ ਨਹੀਂ ਮਿਲਣਗੇ। ਸਾਹਿਲ ਚੀਮਾ ਨੇ ਕੋਸ਼ਿਸ਼ ਕੀਤੀ ਹੈ ਕਿ ਹੁਣ ਤੱਕ ਜਿੰਨੇ ਵੀ ਗਾਣੇ ਆਏ ਨੇ ਸਭ ਦਾ ਟੇਸਟ ਅਲੱਗ ਹੋਵੇ। ਅਲੱਗ ਕੰਪੋਜੀਸ਼ਨ ਹੋਵੇ, ਅਲੱਗ ਲਿਰਿਕਸ ਹੋਣ। ਡਰਦੇ ਨੇ ਲੋਕ ਦੇਖ ਦੇਖ ਸਾਈਡ ਵਾਕ ਤੇ ਦਿਸੇ ਨਾ ਬਖਾਨਾ ਬੰਦਾ ਯਾਰਾਂ ਦੇ ਬਲੌਗ। ਬਾਈ ਨੇ ਆਪਣੇ ਗਾਣੇ ਦੇ ਵਿੱਚ ਖੁਦ ਦੀ ਜਿਹੜੀ ਵੋਕਲ ਹੈ ਉਹਦੇ ਵਿੱਚ ਵੀ ਕਾਫੀ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਹਰ ਗਾਣੇ ਦੇ ਵਿੱਚ। ਜੇਕਰ ਕੋਈ ਵੀ ਸਿੰਗਰ ਇੱਦਾਂ ਦੀ ਚੀਜ਼ ਕਰਦਾ ਉਹਦੇ ਨਾਲ ਫਾਇਦਾ ਇਹ ਹੁੰਦਾ ਕਿ ਹਰ ਤਰ੍ਹਾਂ ਦੀ ਆਡੀਅੰਸ ਉਹਦੇ ਨਾਲ ਜੁੜ ਜਾਂਦੀ ਹੈ ਤੇ ਕਿਸੇ ਇੱਕ ਪਰਟੀਕੁਲਰ ਆਡੀਅੰਸ ਤੋਂ ਰਿਸਪੌਂਸ ਨਹੀਂ ਮਿਲਦਾ, ਉਹਨੂੰ ਹਰ ਤਰ੍ਹਾਂ ਦੀ ਆਡੀਅੰਸ ਤੋਂ ਰਿਸਪੌਂਸ ਮਿਲਦਾ। ਸਾਹਿਲ ਚੀਮਾ ਦੇ ਕਾਫੀ ਸਾਰੇ ਗਾਣੇ ਤੁਸੀਂ ਸੁਣੇ ਹੋਣਗੇ ਤੇ ਸਾਹਿਲ ਚੀਮਾ ਦੇ ਹਰ ਗਾਣੇ ਦੇ ਵਿੱਚ ਜਿਹੜੀ ਲਾਈਨ ਹੁੰਦੀ ਹੈ ਉਹਦੀ ਜਿਹੜੀ ਰਾਈਮਿੰਗ ਹੁੰਦੀ ਹੈ ਉਹ ਬਹੁਤ ਡਿਫਰੈਂਟ ਹੁੰਦੀ ਹੈ ਬਾਕੀ ਸਾਰੇ ਸਿੰਗਰਾਂ ਤੋਂ ਜਿਹੜੇ ਨਵੇਂ ਮੁੰਡੇ ਨਵੇਂ ਗਾਣੇ ਕਰ ਰਹੇ ਨੇ। ਯਾਰਾਂ ਵਿੱਚ ਮੇਰੀ ਜਿੰਦ ਜਾਨ ਵਸੇ ਨਹੀਂ ਕਿਵੇਂ ਦੱਸ ਲਹਦਾ ਤੇਰੇ ਲੇਖੇ ਨਾ ਕਰੋ ਤੇ ਇਹਦਾ ਆਪਾਂ ਬਹੁਤ ਵੱਡਾ ਐਗਜ਼ਾਮਪਲ ਕੈਟਲਿਸਟ ਸੌਂਗ ਤੋਂ ਲੈ ਸਕਦੇ ਹਾਂ। ਇੱਕ ਜਿਹੜੀ ਸਭ ਤੋਂ ਖਾਸ ਗੱਲ ਜਿਹੜੀ ਤੁਸੀਂ ਸਾਹਿਲ ਚੀਮਾ ਬਾਈ ਦੇ ਗਾਣਿਆਂ ਦੇ ਵਿੱਚ ਨੋਟ ਕਰੋਗੇ, ਸਾਹਿਲ ਚੀਮਾ ਬਾਈ ਦੇ ਗਾਣਿਆਂ ਦਾ ਮਿਊਜ਼ਿਕ ਤੇ ਦੂਜੇ ਪਾਸੇ ਸਾਹਿਲ ਚੀਮਾ ਬਾਈ ਦੇ ਗਾਣਿਆਂ ਦੇ ਲਿਰਿਕਸ, ਇਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਸਿਮਿਲੈਰਿਟੀ ਨਹੀਂ ਹੁੰਦੀ। ਸਿਮਿਲੈਰਿਟੀ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਬਾਈ ਦੇ ਜਿਹੜੇ ਲਿਰਿਕਸ ਹੁੰਦੇ ਨੇ ਉਹ ਬਿਲਕੁਲ ਠੇਠ ਹੁੰਦੇ ਨੇ ਤੇ ਜਿਹੜੀ ਬੀਟ ਹੁੰਦੀ ਆ ਉਹ ਬਹੁਤ ਵੈਸਟਰਨ ਹੁੰਦੀ ਆ। ਹਾਂ, ਉਹਦੇ ਵਿੱਚ ਫੋਕ ਟੱਚ ਪਾਇਆ ਤਾਂ ਹੁੰਦਾ ਪਰ ਜ਼ਿਆਦਾਤਰ ਗਾਣਿਆਂ ਦੀ ਬੀਟ ਹੁੰਦੀ ਆ ਉਹ ਵੈਸਟਰਨ ਟੱਚ ਹੁੰਦੀ ਤੇ ਜਿਹੜੇ ਲਿਰਿਕਸ ਦੇ ਬਾਰੇ ਮੈਂ ਗੱਲ ਕਰ ਰਿਹਾ ਵੀ ਬਹੁਤ ਠੇਠ ਲਿਰਿਕਸ ਹੁੰਦੇ ਨੇ ਉਹਦੇ ਵਿੱਚ ਤੁਸੀਂ ਇਹਨਾਂ ਕੁਝ ਲਿਰਿਕਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਈ ਦੀ ਜਿਹੜੀ ਕਲਮ ਆ ਉਹ ਕਿੰਨੀ ਘੈਂਟ ਹੈ। ਜਿਵੇਂ ਕਿ ਬਾਈ ਨੇ ਇੱਕ ਲਾਈਨ ਦੇ ਵਿੱਚ ਲਿਖਿਆ ਕਿ ਜੇਰਾ ਪਾਲਿਆ ਰਕਾਨੇ ਜੋਣੇ ਮੋੜ ਦੇ ਜੇ ਹਾਂ, ਜੇਰਾ ਪਾਲਿਆ ਰਕਾਨੇ ਜੋਣੇ ਮੋੜ ਦੇ ਜੇ ਹਾਂ। ਫਿਰ ਬਾਈ ਨੇ ਲਿਖਿਆ ਕਿ ਪਿੱਛੇ ਪਿੱਛੇ ਫਿਰੇ ਯਾਰਾਂ ਦੇ ਮੰਡੀਰ ਜੱਟੀਏ ਜਿਵੇਂ ਰਾਜਿਆਂ ਦੇ ਹੁੰਦੇ ਨੇ ਵਜ਼ੀਰ ਜੱਟੀਏ, ਜਿਵੇਂ ਰਾਜਿਆਂ ਦੇ ਹੁੰਦੇ ਨੇ ਵਜ਼ੀਰ ਜੱਟੀਏ। ਹੁਣ ਇਹ ਕੁਝ ਖਾਸ ਵਰਡ ਹੁੰਦੇ ਨੇ ਜਿਹੜੇ ਬਹੁਤ ਘੱਟ ਮੁੰਡੇ ਆਪਣੇ ਗਾਣਿਆਂ ਦੇ ਵਿੱਚ ਵਰਤਦੇ ਨੇ ਤੇ ਸਾਹਿਲ ਚੀਮਾ ਦੀ ਇਹੀ ਖਾਸੀਅਤ ਹੈ। ਸਾਹਿਲ ਚੀਮਾ ਬਾਈ ਦੇ ਸਾਰੇ ਗਾਣਿਆਂ ਦੇ ਵਿੱਚੋਂ ਤੁਹਾਨੂੰ ਕੁਝ ਨਾ ਕੁਝ ਇਦਾਂ ਦਾ ਮਿਲ ਜੂਗਾ ਜਿਹੜਾ ਤੁਸੀਂ ਬਾਕੀ ਗਾਣਿਆਂ ਦੇ ਵਿੱਚ ਆਮ ਨਹੀਂ ਸੁਣਦੇ। ਚਾਰੇ ਪਾਸੇ ਬੱਲਾ ਬੱਲਾ ਸੁਣਦੇ ਨੇ ਚੀਮਾ ਕੱਲਾ ਤੇ ਸਭ ਤੋਂ ਪਹਿਲਾਂ ਮੈਂ ਰਾਈਮਿੰਗ ਦੀ ਗੱਲ ਕੀਤੀ ਸੀ। ਸਾਹਿਲ ਚੀਮਾ ਬਾਈ ਆਪਣੇ ਗਾਣਿਆਂ ਦੇ ਵਿੱਚ ਵਰਡ ਪਲੇ ਕਿੱਦਾਂ ਕਰਦਾ ਉਹਦਾ ਤੁਸੀਂ ਅੰਦਾਜ਼ਾ ਇਹਨਾਂ ਦੋ ਲਾਈਨਾਂ ਤੋਂ ਲਾ ਸਕਦੇ ਹੋ। ਸਾਹਿਲ ਚੀਮਾ ਬਾਈ ਨੇ ਲਿਖਿਆ ਕਿ ਸਾਡੇ ਕੋਲ ਆ ਕੇ ਚਰਚੇ ਨੇ ਵਸਦੇ, ਸਾਡੇ ਕੋਲੇ ਆ ਕੇ ਚਰਚੇ ਨੇ ਵਸਦੇ, ਸੋਹਰਿਆਂ ਦੇ ਆ ਕੇ ਜਿਵੇਂ ਨੂੰ ਵਸੇ ਨਹੀਂ, ਸੋਹਰਿਆਂ ਦੇ ਆ ਕੇ ਜਿਵੇਂ ਨੂੰ ਵਸੇ ਨਹੀਂ। ਤੇ ਹੁਣ ਜਿਹੜਾ ਸਾਹਿਲ ਚੀਮਾ ਬਾਈ ਦਾ ਰੀਸੈਂਟਲੀ ਬੈਂਕ ਰੋਲ ਗਾਣਾ ਆਇਆ ਸੀ ਉਹਦੇ ਵਿੱਚ ਵੀ ਤੁਸੀਂ ਵਰਡ ਪਲੇ ਦਾ ਐਗਜ਼ਾਮਪਲ ਬਹੁਤ ਜਗ੍ਹਾ ਤੇ ਲੈ ਸਕਦੇ ਹੋ। ਉਹਦੇ ਵਿੱਚ ਸਾਹਿਲ ਬਾਈ ਨੇ ਇਹ ਲਿਖਿਆ ਸੀ ਕਿ ਤੈਨੂੰ ਦੇਖ ਕੇ ਨਸ਼ਾ ਇਦਾਂ ਚੜਦਾ ਜਿਵੇਂ ਸੱਪਾਂ ਨੂੰ ਚੜਾਵੇ ਨਸ਼ਾ ਬੀਨ ਬੱਲੀਏ, ਸੜਾ ਨਸ਼ਾ ਚੜ ਜਾਂਦਾ ਜਿਵੇਂ ਸੱਪਾਂ ਨੂੰ
ਚੜਾਵੇ ਨਸ਼ਾ ਵੀ ਨਾ ਬੱਲੀਏ। ਹੁਣ ਇਹ ਤਾਂ ਹੋ ਗਈ ਸਾਹਿਲ ਚੀਮਾ ਬਾਈ ਦੇ ਲਿਰਿਕਸ ਦੀ ਗੱਲ, ਉਹਨਾਂ ਦੇ ਮਿਊਜ਼ਿਕ ਦੀ ਗੱਲ। ਦੇਖੋ ਇੱਕ ਗੱਲ ਮੈਂ ਹੋਰ ਦੱਸ ਦੇਣਾ, ਜਿਹੜਾ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਊਗੀ ਸਾਹਿਲ ਚੀਮਾ ਬਾਈ ਦੇ ਬਾਰੇ। ਬਾਈ ਦੀ ਚਰਚਾ ਤਾਂ ਸਾਰਿਆਂ ਪਾਸੇ ਹੋ ਹੀ ਰਹੀ ਹੈ ਤੇ ਸਪੋਟੀਫਾਈ ਨੇ ਵੀ ਇੱਕ ਕਵਰ ਫੋਟੋ ਦਿੱਤੀ ਸੀ ਜਿਹੜੀ ਕਿ ਨਵੇਂ ਆਰਟਿਸਟ ਨੂੰ ਨਹੀਂ ਮਿਲਦੀ ਸਪੋਟੀਫਾਈ ਤੇ। ਹੁਣ ਕੈਟਾਲਿਸਟ ਗਾਣਾ ਇਦਾਂ ਦਾ ਰਿਹਾ ਸਾਹਿਲ ਚੀਮਾ ਬਾਈ ਦੀ ਲਾਈਫ ਦੇ ਵਿੱਚ, ਜਿਸ ਤੋਂ ਬਾਅਦ ਆਡੀਅੰਸ ਜ਼ਿਆਦਾ ਵੱਧ ਗਈ ਸਾਹਿਲ ਚੀਮਾ ਬਾਈ ਦੀ। ਕਰਨ ਔਜਲਾ ਬਾਈ ਨੇ ਵੀ ਡਾਇਰੈਕਟ ਸਪੋਰਟ ਤਾਂ ਕੀਤੀ ਪਰ ਉਹਦੇ ਨਾਲ ਨਾਲ ਇੰਸਟਾਗ੍ਰਾਮ ਤੇ ਫੋਲੋ ਵੀ ਕੀਤਾ ਸਾਹਿਲ ਚੀਮਾ ਨੂੰ। ਲਓ ਵੀ ਚੈੱਕ ਕਰੋ ਸਾਹਿਲ ਚੀਮਾ ਬਹੁਤ ਘੈਂਟ ਗਾਣੇ ਕੱਢ ਰਿਹਾ। ਮੇਰਾ ਫੇਵਰੇਟ ਗਾਣਾ ਉਹੀ ਹੈ ਜਿਹੜਾ ਹੁਣੀ ਆਇਆ ਬਾਈ, ਮਿੱਤਰਾਂ ਦੇ ਵਿੱਚ ਤੂੰ ਬਸੇ ਨਹੀਂ, ਵੈਰੀ ਗੁੱਡ। ਤੇ ਜਦੋਂ ਕਰਨ ਔਜਲਾ ਬਾਈ ਨੇ ਸਾਹਿਲ ਚੀਮਾ ਨੂੰ ਫੋਲੋ ਕੀਤਾ ਤਾਂ ਸੋਸ਼ਲ ਮੀਡੀਆ ਤੇ ਸਾਹਿਲ ਚੀਮਾ ਦੇ ਬਾਰੇ ਹੋਰ ਜ਼ਿਆਦਾ ਗੱਲਾਂ ਹੋਣ ਲੱਗੀਆਂ। ਤੇ ਕੀ ਤੁਸੀਂ ਸੋਚ ਸਕਦੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਰਨ ਔਜਲਾ ਬਾਈ ਤੇ ਸਾਹਿਲ ਚੀਮਾ ਦੀ ਆਪਸ ਦੇ ਵਿੱਚ ਕੋਈ ਕੋਲੈਬੋਰੇਸ਼ਨ ਆ ਸਕਦੀ ਹੈ? ਵੈਸੇ ਇਹ ਚੀਜ਼ ਮੇਰੇ ਮਾਈਂਡ ਦੇ ਵਿੱਚ ਵੀ ਸੀ ਪਰ ਮੈਨੂੰ ਇਦਾਂ ਲੱਗਦਾ ਕਿ ਸਾਹਿਲ ਚੀਮਾ ਬਾਈ ਤੇ ਕਰਨ ਔਜਲਾ ਦੇ ਵਿੱਚ ਹਜੇ ਇੰਨਾ ਜ਼ਿਆਦਾ ਕਨੈਕਸ਼ਨ ਨਹੀਂ ਬਣਿਆ ਤੇ ਕੁਝ ਲੋਕਾਂ ਨੂੰ ਲੱਗਦਾ ਵੀ ਹੋਊਗਾ ਇਹ ਵਾਲੀ ਫੋਟੋ ਦੇਖ ਕੇ ਇਹਨਾਂ ਦੋਨਾਂ ਦੀ ਕਿ ਇਕੱਠੇ ਨੇ ਬਹੁਤ ਟਾਈਮ ਤੋਂ, ਪਰ ਇਦਾਂ ਨਹੀਂ ਹੈ। ਇਹ ਸਟੂਡੀਓ ਦੀ ਫੋਟੋ ਹੈ ਜਿਹਦੇ ਵਿੱਚ ਅਚਾਨਕ ਹੀ ਇਹ ਦੋਨੋਂ ਮਿਲੇ ਸੀ, ਉਸ ਤੋਂ ਬਾਅਦ ਡਾਇਰੈਕਟ ਹੁਣ ਰੀਸੈਂਟਲੀ ਇਹਨਾਂ ਦੀ ਗੱਲਬਾਤ ਹੋਣ ਲੱਗੀ ਹੈ। ਇਹਨਾਂ ਦੋਨਾਂ ਦੀ ਕੋਲੈਬੋਰੇਸ਼ਨ ਫਿਊਚਰ ਦੇ ਵਿੱਚ ਆ ਵੀ ਸਕਦੀ ਹੈ। ਇਸ ਤੋਂ ਇਲਾਵਾ ਆਪਾਂ ਪੋਪੂਲੈਰਿਟੀ ਦੀ ਗੱਲ ਕਰੀਏ ਤਾਂ ਸਾਹਿਲ ਚੀਮਾ ਬਾਈ ਦੇ ਗਾਣੇ ਤੇ ਰੀਲਾਂ ਕਾਫੀ ਵੱਡੇ ਵੱਡੇ ਬਾਲੀਵੁੱਡ ਪੇਜਾਂ ਨੇ ਵੀ ਪਾਈਆਂ ਸੀ। ਹੁਣ ਸਾਹਿਲ ਚੀਮਾ ਬਾਈ ਦੇ ਗਾਣਿਆਂ ਦੀ ਜੇਕਰ ਤੁਸੀਂ ਲਿਸਟ ਧਿਆਨ ਨਾਲ ਦੇਖੋਗੇ ਤਾਂ ਇਹਦੇ ਵਿੱਚ ਨਾ ਤਾਂ ਕੋਈ ਅਟਰੈਕਟਿਵ ਥੰਬਨੇਲਸ ਤੁਹਾਨੂੰ ਦਿਖਣਗੇ ਤੇ ਨਾ ਹੀ ਸਾਹਿਲ ਚੀਮਾ ਬਾਈ ਦੇ ਜਿਹੜੇ ਗਾਣਿਆਂ ਦੇ ਨਾਮ ਨੇ ਉਹ ਤੁਸੀਂ ਈਜ਼ੀ ਤਰੀਕੇ ਨਾਲ ਪੜ ਸਕਦੇ ਕਿਉਂਕਿ ਬਾਈ ਦੇ ਗਾਣਿਆਂ ਦੇ ਨਾਮ ਵੀ ਪੂਰੇ ਇੰਗਲਿਸ਼ ਦੇ ਵਿੱਚ ਨੇ, ਥੰਬਨੇਲਸ ਵੀ ਉਹੀ ਨੇ ਜਿਹੜੇ ਗਾਣਿਆਂ ਦੇ ਵਿੱਚੋਂ ਆਟੋ ਜਨਰੇਟ ਹੋ ਜਾਂਦੇ ਨੇ। ਹੁਣ ਇਹ ਦੋ ਚੀਜ਼ਾਂ ਮੈਂ ਇਸ ਲਈ ਦੱਸੀਆਂ ਨੇ ਕਿਉਂਕਿ ਇੱਥੋਂ ਪਤਾ ਲੱਗਦਾ ਕਿ ਸਾਹਿਲ ਚੀਮਾ ਬਾਈ ਦੇ ਜਿਹੜੇ ਗਾਣੇ ਨੇ ਉਹ ਫਿਰ ਵੀ ਟ੍ਰੈਂਡਿੰਗ ਤੇ ਚੱਲੇ ਨੇ ਤਾਂ ਉਹਦਾ ਮੇਨ ਕਾਰਨ ਇਹੀ ਹੈ ਕਿ ਸਾਹਿਲ ਚੀਮਾ ਬਾਈ ਦਾ ਜਿਹੜਾ ਟੈਲੈਂਟ ਹੈ ਉਹ ਲੋਕਾਂ ਤੱਕ ਰੀਅਲ ਦੇ ਵਿੱਚ ਪਹੁੰਚਿਆ ਵੀ ਹੈ। ਇਸ ਲਈ ਲੋਕਾਂ ਦੇ ਜਿਹੜੇ ਡਿਫਰੈਂਟ ਕਮੈਂਟਸ ਨੇ ਉਹ ਮੈਂ ਸਕਰੀਨ ਤੇ ਲਗਾ ਤੇ ਤੁਸੀਂ ਪੌਜ਼ ਕਰਕੇ ਪੜ ਲਿਓ ਕਿ ਲੋਕਾਂ ਦਾ ਕੀ ਓਪੀਨੀਅਨ ਹੁੰਦਾ ਜਦੋਂ ਸਾਹਿਲ ਚੀਮਾ ਬਾਈ ਦੇ ਗਾਣੇ ਸੁਣਦੇ ਨੇ ਲੋਕ। ਹੁਣ ਮੈਨੂੰ ਲੱਗਦਾ ਕਿ ਸਾਹਿਲ ਚੀਮਾ ਬਾਈ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਇਦਾਂ ਦੇ ਮੁਕਾਮ ਤੇ ਹੋਊਗਾ ਕਿ ਲੋਕ ਵੇਟ ਕਰਿਆ ਕਰਨਗੇ ਸਾਹਿਲ ਚੀਮਾ ਬਾਈ ਦੇ ਗਾਣਿਆਂ ਦੀ, ਜਿਵੇਂ ਆਪਾਂ ਬਾਕੀ ਆਰਟਿਸਟ ਦੀ ਵੇਟ ਕਰਦੇ ਹਾਂ ਕਿ ਉਹਨਾਂ ਦੇ ਗਾਣੇ ਕਦੋਂ ਆਉਣਗੇ। ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੇ ਮੇਰੇ ਜਿੰਨੇ ਵੀ ਫੇਵਰੇਟ ਗਾਣੇ ਨੇ ਸਾਹਿਲ ਚੀਮਾ ਬਾਈ ਦੇ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ, ਤੁਸੀਂ ਉਹ ਜਾ ਕੇ ਸੁਣ ਸਕਦੇ ਹੋ। ਸਾਹਿਲ ਚੀਮਾ ਬਾਈ ਨੂੰ ਤੁਸੀਂ ਕਦੋਂ ਐਕਸਪਲੋਰ ਕੀਤਾ ਸੀ, ਕਦੋਂ ਸੁਣਨ ਲੱਗੇ ਸੀ, ਤੁਸੀਂ ਇਹ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਤੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਹਿਲ ਚੀਮਾ ਬਾਈ ਦੀ ਕੋਲੈਬੋਰੇਸ਼ਨ ਕਿਹੜੇ ਕਿਹੜੇ ਆਰਟਿਸਟ ਦੇ ਨਾਲ ਆਉਣੀ ਚਾਹੀਦੀ ਹੈ, ਤੁਸੀਂ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ। ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ, ਆਪਣੇ ਚੈਨਲ ਤੇ 1 ਲੱਖ ਸਬਸਕ੍ਰਾਈਬਰਸ ਪੂਰੇ ਹੋਣ ਵਾਲੇ ਨੇ, ਉਹ ਛੇਤੀ ਛੇਤੀ ਕਰ ਦਿਓ। ਬਾਕੀ ਮਿਲਦੇ ਹਾਂ ਅਗਲੀ ਵੀਡੀਓ 'ਚ।